ਸਤ ਸਤਿ ਅਕਾਲ ਫੇਸਬੁੱਕ ਤੇਵਾ ਅੱਜ ਦੀ ਵੀਡੀਓ ਬਹੁਤ ਹੀ ਇੰਪੋਰਟੈਂਟ ਹੈ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਕਿਉਂ ਘਰ ਬੈਠੇ ਆਪਣਾ ਪੈਸਾ ਤੇ ਸਮਾਂ ਕਿਵੇਂ ਬਚਾ ਸਕਦੇ ਹਨ ਅਤੇ ਕਰੇ ਬੈਠੇ ਕੈਨੇਡਾ ਦੇ ਵਿੱਚ ਐਡਮਿਸ਼ਨ ਲੈਣ ਦੇ ਲਈ ਆਫਰ ਲੈਟਰ ਕਿਵੇਂ ਅਪਲਾਈ ਕਰ ਸਕਦੇ ਹਨ ਇਹਦੇ ਨਾਲ ਅੱਜ ਤੁਹਾਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੀ ਪਤਾ ਲੱਗੇਗਾ ਕਿ ਜਿੰਨਾ ਏਜੰਟਸ ਤੇ ਕੋਲ ਉਹ ਆਫਰ ਲੈਟਰ ਅਪਲਾਈ ਕਰਨ ਜਾਂਦੇ ਹਨ ਉਹ ਏਜੰਟਸ ਸਿੱਧੇ ਤੌਰ ਤੇ ਕਿਸੇ ਵੀ ਕਾਲਜ ਦੀ ਆਫਰ ਲੈਟਰ ਕਿਵੇਂ ਅਪਲਾਈ ਕਰਦੇ ਹਨ ਸਬਟੋਪਲਨਸ ਗਵਰਨਮੈਂਟ ਆਫ ਕੈਨੇਡਾ ਦੀ ਵੈਬਸਾਈਟ canada.ca ਤੇ ਮੈਨੂ ਬਾਰਤੇ ਉੱਪਰ ਚਲਦੇ ਆ ਇਮੀਗ੍ਰੇਸ਼ਨ ਐਂਡ ਸਿਟੀਜ਼ਨ ਟੈਬ ਦੇ ਵਿੱਚ ਸਟੱਡੀ ਦੇ ਉੱਪਰ ਕਲਿੱਕ ਕਰਦੇ ਆ ਕਿਸੇ ਵੀ ਸਟੂਡੈਂਟ ਤੇ ਲਈ ਇੰਟਰਨੈਸ਼ਨਲ ਸਟੂਡੈਂਟ ਤੇ ਲਈ ਜੋ ਪਹਿਲਾ ਸਟੈਪ ਹੁੰਦਾ ਉਹ ਇਹ ਹੁੰਦਾ ਹੈ ਕਿ ਜਿਸ ਕਾਲਜ ਯੂਨੀਵਰਸਿਟੀ ਦੇ ਵਿੱਚ ਉਹ ਪੜਨ ਆਉਣਾ ਚਾਹੁੰਦਾ ਹੈ ਕੀ ਉਹ ਕੈਨੇਡਾ ਗਵਰਨਮੈਂਟ ਦੇ ਦੁਆਰਾ ਰੈਕੋਗਨਾਈਜ਼ਡ ਹੈ ਜਾਂ ਰੈਕੋਗਨਾਈਜ਼ਡ ਨਹੀਂ ਹੈ ਕਿਸੇ ਤਰ੍ਹਾਂ ਦਾ ਉਹਦੇ ਕਾਲਜ ਜਾਂ ਯੂਨੀਵਰਸਿਟੀ ਦੇ ਕੱਲ ਨੂੰ ਬੰਦ ਹੋਣ ਦਾ ਕੋਈ ਖਤਰਾ ਤਾਂ ਨਹੀਂ ਕੀ ਉਸ ਕਾਲਜ ਯੂਨੀਵਰਸਿਟੀ ਜਿੱਥੇ ਉਹ ਸਟੂਡੈਂਟ ਲੱਖਾਂ ਰੁਪਏ ਐਡਮਿਸ਼ਨ ਫੀਸ ਭਰ ਕੇ ਆ ਰਿਹਾ ਹੈ ਕੀ ਉਸ ਨੂੰ ਪੜ੍ਹਾਈ ਕਰਨ ਤੋਂ ਬਾਅਦ ਉੱਥੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇਗਾ ਤਾਂ ਸਭ ਤੋਂ ਪਹਿਲਾਂ ਤੁਸੀਂ ਫਾਈਂਡ ਅ ਸਕੂਲ ਇਨ ਅ ਡੈਜ਼ਿਗਨੇਟਿਡ ਲਰਨਿੰਗ ਇੰਸਟੀਟਿਊਸ਼ਨ ਲਿਸਟ ਦੇ ਵਿੱਚ ਜਾਣੇ ਹੋ ਔਰ نیچے ਲਿਸਟ ਆਫ ਡੈਜ਼ਿਗਨੇਟਿਡ ਲਰਨਿੰਗ ਇੰਸਟੀਟਿਊਸ਼ਨਸ ਬਾਈ ਪ੍ਰੋਵਿੰਸ ਐਂਟਰੀਟਰੀ ਦਿੱਤਾ ਹੁੰਦਾ ਜਿਸ ਵੀ ਸਟੇਟ ਦੇ ਵਿੱਚ ਜਿਸ ਵੀ ਪ੍ਰੋਵਿੰਸ ਦੇ ਵਿੱਚ ਤੁਸੀਂ ਪਰਣਾਉਣਾ ਚਾਹੁੰਦੇ ਹੋ ਉਸ ਪ੍ਰੋਵਿੰਸ ਦਾ ਨਾਮ ਸਾਰੇ ਹੀ ਕੈਨੇਡਾ ਦੇ ਪ੍ਰੋਵਿੰਸਿਸ ਦਾ ਇੱਥੇ ਨਾਮ ਦਿੱਤਾ ਹੈਗਾ ਜਿਸ ਪ੍ਰੋਵਿੰਸ ਦੇ ਵਿੱਚ ਤੁਸੀਂ ਆਉਣਾ ਚਾਹੁੰਦੇ ਹੋ ਉਹਨੂੰ ਫੋਰ ਐਗਜ਼ਾਮਪਲ ਅਸੀਂ ਅਨਟਾਰੀਓ ਨੂੰ ਐਜ਼ ਅ ਐਗਜ਼ਾਮਪਲ ਲੈ ਲੈਂਦੇ ਹਾਂ ਬਹੁਤ ਸਾਰੇ ਸਟੂਡੈਂਟ ਟੋਰਾਂਟੋ ਦੇ ਵਿੱਚ ਆਉਂਦੇ ਆ ਤਾਂ ਜਦੋਂ ਅਸੀਂ ਅਨਟਾਰੀਓ ਨੂੰ ਸਿਲੈਕਟ ਕੀਤਾ ਤਾਂ ਤੁਸੀਂ ਦੇਖਦੇ ਹੋ ਕਿ ਅੰਟਾਰੀਓ ਦੇ ਅੰਦਰ 486 486 ਕਾਲਜ ਔਰ ਯੂਨੀਵਰਸਿਟੀਆਂ ਦੀ ਲਿਸਟ ਖੁੱਲਕੀ ਹੈ ਇਸ ਲਿਸਟ ਦੇ ਵਿੱਚ ਸਭ ਤੋਂ ਪਹਿਲਾਂ ਨੇਮ ਆਫ ਇੰਸਟੀਟਿਊਸ਼ਨ ਦਿੱਤਾ ਹੁੰਦਾ ਨੰਬਰ 2 ਤੇ ਡੈਜ਼ਿਗਨੇਟਿਡ ਲਰਨਿੰਗ ਇੰਸਟੀਟਿਊਸ਼ਨ ਨੰਬਰ ਦਿੱਤਾ ਹੁੰਦਾ ਜਿਹਨੂੰ ਕਈ ਕੈਨੇਡਾ ਦੇ ਵਿੱਚ ਡੀ ਐਲ ਆਈ ਨੰਬਰ ਬੋਲਦੇ ਆ ਫਿਰ ਤੀਸਰੇ ਨੰਬਰ ਤੇ ਸਿਟੀ ਦਿੱਤੀ ਹੈ ਜਿਸ ਜਗ੍ਹਾ ਤੇ ਉਹ ਕਾਲਜ ਯਾ ਯੂਨੀਵਰਸਿਟੀ ਸਥਾਪਿਤ ਹੈ ਉਸ ਤੋਂ ਬਾਅਦ ਉਹਦਾ ਕੈਂਪਸ ਕਿੱਥੇ ਹੈ ਔਰ ਬਹੁਤ ਹੀ ਇੰਪੋਰਟੈਂਟ ਚੀਜ਼ ਲਾਸਟ ਦੇ ਵਿੱਚ ਦਿੱਤੀ ਹੈ ਪੀਜੀਡਬਲਯੂਪੀ ਜਾਨੀ ਕਿ ਪੋਸਟ ਗ੍ਰੈਜੂਏਟ ਵਰਕ ਪਰਮਟ ਕਿ ਇਸ ਕਾਲਜ ਦੇ ਵਿੱਚ ਤੁਸੀਂ ਪੜ੍ਹਨਾ ਆਉਨੇ ਹੋ ਤਾਂ ਤੁਹਾਨੂੰ ਵਰਕ ਪਰਮਟ ਪੜ੍ਹਾਈ ਤੋਂ ਬਾਅਦ ਮਿਲੇਗਾ ਜਾਂ ਨਹੀਂ ਮਿਲੇਗਾ ਤਾਂ ਆਲਵੇਜ਼ ਹੈ ਕਿ ਕੋਈ ਵੀ ਸਟੂਡੈਂਟ ਉਸ ਕਾਲਜ ਯੂਨੀਵਰਸਿਟੀ ਵਿੱਚ ਕਦੇ ਨਹੀਂ ਆਵੇਗਾ ਜਿੱਥੇ ਉਹਨੂੰ ਲੱਖਾਂ ਰੁਪਏ ਖਰਚਣ ਤੋਂ ਬਾਅਦ ਸਟੱਡੀ ਪੂਰੀ ਕਰਨ ਤੋਂ ਬਾਅਦ ਉਹਨੂੰ ਵਰਕ ਪਰਮਟ ਨਹੀਂ ਮਿਲਦਾ ਇਸ ਤਰੀਕੇ ਨਾਲ ਤੁਸੀਂ ਨੈਕਸਟ ਬੀਜੀਟੀ ਕਰਕੇ ਬਹੁਤ ਸਾਰੇ ਕਾਲਜ ਯੂਨੀਵਰਸਿਟੀਆਂ ਦੀ ਲਿਸਟ ਹੈ ਤੁਸੀਂ ਚੈੱਕ ਕਰ ਸਕਦੇ ਹੋ ਇਸ ਫਿਲੀਅੰਸੀ ਅੰਟਾਰੀਓ ਸਟੇਟ ਦੇ ਵਿੱਚ ਜਿੰਨੇ ਵੀ ਕਾਲਜ ਜਿੰਨੇ ਵੀ ਯੂਨੀਵਰਸਿਟੀਆਂ ਨੇ ਉਹਨਾਂ ਦੀ ਲਿਸਟ ਚੈੱਕ ਕਰ ਰਹੇ ਆ ਹੁਣ ਦੇਖੋ ਇੱਥੇ ਯੂਨੀਵਰਸਿਟੀ ਆਫ ਗulf ਦਿੱਤਾ ਹੋਇਆ ਹੈ ਇਹਦੇ ਸਾਹਮਣੇ yes ਲਿਖਿਆ ਹੋਇਆ yes ਦਾ ਮਤਲਬ ਹੈ ਕਿ ਜੇ ਤੁਸੀਂ ਇਸ ਕਾਲਜ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਹੋ ਤਾਂ ਹਾਂ ਤੁਹਾਨੂੰ ਪੜਾਈ ਕਰਨ ਤੋਂ ਬਾਅਦ ਵਰਕ ਪਰਮਿਟ ਮਿਲੇਗਾ ਹੁਣ ਅਸੀਂ ਦੂਸਰੀ ਸਟੇਟ ਮੈਨੀਟੋਬਾ ਦੀ ਐਗਜ਼ਾਮਪਲ ਲੈ ਲਈਏ ਕਿਉਂਕਿ ਇੱਥੇ ਵੀ ਬਹੁਤ ਸਾਰੇ ਸਟੂਡੈਂਟ ਏਸ਼ੀਆ ਦੇ ਵਿੱਚੋਂ ਆਉਂਦੇ ਹਨ ਫਾਰ ਐਗਜ਼ਾਮਪਲ ਅਸੀਂ ਮੈਨੀਟੋਬਾ ਇੰਸਟੀਚੂਟ ਆਫ ਟ੍ਰੇਡਸ ਐਂਡ ਟੈਕਨੋਲੋਜੀ ਦੇਖ ਰਹੇ ਹਾਂ ਤਾਂ ਇਹਦੇ ਬਿਲਕੁਲ ਸਾਹਮਣੇ Yes ਲਿਖਿਆ ਹੈਗਾ ਪੋਸਟ ਗ੍ਰੈਜੂਏਟ ਪ੍ਰੋਗਰਾਮ ਦੇ ਅੰਦਰ ਇਹ ਮੈਨੀਟੋਬਾ ਇੰਸਟੀਚੂਟ ਆਫ ਟ੍ਰੇਡ ਐਂਡ ਟੈਕਨੋਲੋਜੀ ਆਉਂਦਾ ਹੈ ਜੇ ਕੋਈ ਸਟੂਡੈਂਟ ਡਾਇਰੈਕਟਲੀ ਤੌਰ ਤੇ ਬਿਨਾ ਕਿਸੇ ਏਜੰਟ ਦੀ ਹੈਲਪ ਲਏ ਬਿਨਾ ਅਪਲਾਈ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਡੀਐਲਈ ਲਰਨਿੰਗ ਇੰਸਟੀਚਿਊਸ਼ਨ ਦੇ ਵਿੱਚੋਂ ਜੋ ਵੀ ਕਾਲਜ ਯੂਨੀਵਰਸਿਟੀ ਪਸੰਦ ਹੈ ਤਾਂ ਉਹਨੂੰ ਚੁਣ ਕੇ ਉਸ ਕਾਲਜ ਯੂਨੀਵਰਸਿਟੀ ਦੀ ਵੈਬਸਾਈਟ ਤੇ ਜਾਣਾ ਚਾਹੀਦਾ ਜਦੋਂ ਤੁਸੀਂ ਕਾਲਜ ਯੂਨੀਵਰਸਿਟੀ ਦੀ ਵੈਬਸਾਈਟ ਤੇ ਜਾਉਂਗੇ ਤਾਂ ਤੁਸੀਂ ਉੱਥੇ ਦੇਖੋਗੇ ਕਿ ਉਸ ਕਾਲਜ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਕਰਾਉਣ ਵਾਲੇ ਸਾਰੇ ਏਜੰਟਸ ਦੇ ਨਾਮ ਦਿੱਤੇ ਹੁੰਦੇ ਹੈ ਛੋਟੇ ਸ਼ਹਿਰਾਂ ਦੇ ਵਿੱਚ ਸਾਡੇ ਪੰਜਾਬ ਦੇ ਛੋਟੇ ਸ਼ਹਿਰਾਂ ਦੇ ਵਿੱਚ ਹਿੰਦੂਸਤਾਨ ਦੇ ਛੋਟੇ ਸ਼ਹਿਰਾਂ ਦੇ ਵਿੱਚ ਪਾਕਿਸਤਾਨ ਦੇ ਛੋਟੇ ਸ਼ਹਿਰਾਂ ਦੇ ਵਿੱਚ ਬਹੁਤ ਹੀ ਸਾਰੇ ਏਜੰਟ ਆ ਜਿਹੜੇ ਉਹਨਾਂ ਦੇ ਨਾਮ ਤੋਂ ਉਹ ਇੱਥੇ ਮਿਲ ਨਹੀਂ ਨੇ ਕਿਉਂਕਿ ਉਹ ਕੁਝ ਖਾਸ ਏਜੰਟਸ ਹੈ ਜੋ ਉਹਨਾਂ ਦੇ ਸਿੱਧੇ ਕੰਟੈਕਟ ਹੈ ਔਰ ਸਾਬ ਏਜੰਟਸ ਤੇ ਰੂਪ ਦੇ ਵਿੱਚ ਨਿੱਕੇ ਨਿੱਕੇ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਏਜੰਟ ਕੰਮ ਕਰ ਰਹੇ ਹਨ ਤੇ ਲੱਖ ਰੁਪਏ ਸਟੂਡੈਂਟਸ ਤੋਂ ਲੈ ਰਹੇ ਹਨ ਈਵਨ ਕਿ ਉਹਨਾਂ ਦਾ ਯੂਨੀਵਰਸਿਟੀ ਕਾਲਜ ਨਾਲ ਦੂਰ ਦੂਰ ਤੱਕ ਕੋਈ ਸਬੰਧ ਹੀ ਨਹੀਂ ਹੁੰਦਾ ਤਾਂ ਅਸੀਂ ਸਕਰੀਨ ਤੇ ਦੇਖ ਰਹੇ ਹਾਂ ਕਿ ਜਿਨਨੇ ਵੀ ਏਜੰਟ ਸਿੱਧੇ ਤੌਰ ਤੇ ਕਿਸੇ ਕਾਲਜ ਜਾਂ ਯੂਨੀਵਰਸਿਟੀ ਦੇ ਨਾਲ ਜੁੜੇ ਹੁੰਦੇ ਹਨ ਡਾਇਰੈਕਟਲੀ ਅਪਰੋਚ ਕਰ ਸਕਦੇ ਹਨ ਤਾਂ ਉਹ ਸਾਰੇ ਏਜੰਟਸ ਦੇ ਨਾਮ ਉਸ ਕਾਲਜ ਜਾਂ ਯੂਨੀਵਰਸਿਟੀ ਦੀ ਵੈਬਸਾਈਟ ਤੇ ਡਾਇਰੈਕਟਲੀ ਦਿੱਤੇ ਗਏ ਹੁੰਦੇ ਹਨ ਤਾਂ ਤੁਸੀਂ ਕਿਸੇ ਵੀ ਏਜੰਟ ਕੋਲ ਅਪਲਾਈ ਕਰ ਰਹੇ ਹੋ ਤੁਹਾਡਾ ਆਫਰ ਲੈਟਰ ਤਾਂ ਤੁਸੀਂ ਸਭ ਤੋਂ ਪਹਿਲਾਂ ਉਸ ਦਾ ਨਾਮ ਇੱਥੇ ਦੇਖੋ ਆਦਰਵਾਇਸ ਡਾਇਰੈਕਟਲੀ ਕੈਨੇਡਾ ਕਾਲਜ ਯੂਨੀਵਰਸਿਟੀਆਂ ਨੂੰ ਅਪਲਾਈ ਕਰੋ ਤਾਂ ਕਿ ਤੁਹਾਡਾ ਲੱਖ ਰੁਪਿਆ ਏਜੰਟਸ ਵਾਲਾ ਵੀ ਵੱਤ ਸਕੇ ਔਰ ਜੋ ਏਜੰਟਸ ਨੂੰ ਫੀਸਾਂ ਦੇ ਵਿੱਚੋਂ ਕਮਿਸ਼ਨ ਜਾਂਦਾ ਹੈ ਉਹ ਵੀ ਤੁਹਾਡੇ ਹੀ ਜੇਬ ਦੇ ਵਿੱਚ ਵਾਪਸ ਆਵੇ ਮਾਪਿਓ ਦਾ ਕਮਾਇਆ ਹੋਇਆ ਲੱਖ ਰੁਪਿਆ ਤੁਹਾਡੇ ਕੋਲੇ ਰਵੇ ਹੁਣ ਅਸੀਂ ਤੁਹਾਨੂੰ ਇਹ ਦੱਸਣ ਜਾ ਰਹੇ ਹਾਂ ਕਿ ਜਿਹੜੇ ਤੁਹਾਡੇ ਏਜੰਟਸ ਇੱਕ ਬਹੁਤ ਵੱਡਾ ਸੀਕ੍ਰੀਟ ਹੈ ਹੁਣ ਅਸੀਂ ਦੱਸਣ ਜਾ ਰਹੇ ਹਾਂ ਕਿ ਤੁਹਾਡੇ ਏਜੰਟਸ ਤੁਹਾਡੀਆਂ ਐਡਮਿਸ਼ਨਸ ਕਿਵੇਂ ਅਪਲਾਈ ਕਰਦੇ ਹਨ ਤਾਂ ਅਪਲਾਈ ਬੋਰਡ ਨਾਂ ਦੀ ਇੱਕ ਵੈਬਸਾਈਟ ਹੈ ਜਿੱਥੇ ਅਗਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ 95% ਏਜੰਟ ਜਿਹੜੇ ਤੁਹਾਡੇ ਤੋਂ ਐਡਮਿਸ਼ਨ ਤੁਹਾਡੇ ਡਾਕੂਮੈਂਟ ਫੜਦੇ ਆ ਅਪਲਾਈ ਬੋਰਡ ਇਸ ਵੈਬਸਾਈਟ ਤੇ ਆਉਂਦੇ ਹਨ ਜਦੋਂ ਤੁਸੀਂ ਇਸ ਵੈਬਸਾਈਟ ਤੇ ਆਉਂਦੇ ਅਗਰ ਤੁਸੀਂ ਡਾਇਰੈਕਟਲੀ ਵੀ ਅਪਲਾਈ ਕਰਨਾ ਹੋਵੇ ਤਾਂ ਤੁਹਾਨੂੰ ਕਿਸੇ ਏਜੰਟ ਦੀ ਲੋੜ ਨਹੀਂ ਤਾਂ ਤੁਸੀਂ ਡਾਇਰੈਕਟਲੀ ਆ ਸਕਦੇ ਹੋ ਡਾਇਰੈਕਟਲੀ ਆ ਕੇ ਆਪਣੀ ਐਜੂਕੇਸ਼ਨ ਬਾਰੇ ਇਸ ਵੈਬਸਾਈਟ ਦੇ ਉੱਪਰ ਪਰੋ ਫੋਰ ਐਗਜ਼ਾਮਪਲ ਤੁਸੀਂ ਆਪਣੀ ਐਜੂਕੇਸ਼ਨ ਇੱਥੇ ਦੱਸ ਰਹੇ ਹੋ ਕਿ ਮੈਂ ਇੰਡੀਆ ਦੇ ਨਾਲ ਰਿਲੇਟਡ ਸਟੂਡੈਂਟ ਹਾਂ ਅਸੀਂ ਸਕਰੀਨ ਤੇ ਦੇਖ ਰਹੇ ਹਾਂ ਸਭ ਤੋਂ ਪਹਿਲਾਂ ਸਿਸਟੈਪ ਬਾਈ ਸਟੈਪ ਦੇਖਦੇ ਹਾਂ ਨੈਸ਼ਨੈਟੀ ਇੰਡੀਅਨ ਪਰ ਲੈ ਲੈਣੇ ਅਸੀਂ ਇੱਥੇ ਦੱਸਦੇ ਹਾਂ ਕਿ ਮੇਰੀ ਪਲੱਸ 2 ਕੀਤੀ ਹੋਈ ਹੈ ਮੇਰੀ ਗ੍ਰੈਜੂਏਸ਼ਨ ਕੀਤੀ ਹੋਈ ਹੈ ਮੇਰੀ 10ਵੀਂ ਤੋਂ ਬਾਅਦ 3 ਸਾਲ ਦਾ ਡਿਪਲੋਮਾ ਕੀਤਾ ਜਾਂ ਮੇਰੀ ਬੈਚਲਰ ਡਿਗਰੀ ਕੀਤੀ ਹੈ ਜਾਂ ਮਾਸਟਰ ਡਿਗਰੀ ਕੀਤੀ ਹੈ ਮੇਰਾ ਆਈਲਟਸ ਕੀਤਾ ਹੋਇਆ ਜਾਂ ਇੰਗਲਿਸ਼ ਦਾ ਇਕੁਇਵਲੈਂਟ ਹੋਰ ਕੋਈ ਐਗਜ਼ਾਮ ਦਿੱਤਾ ਹੋਇਆ ਅਸੀਂ ਆਪਣੀ ਪੂਰੀ ਜੋ ਪ੍ਰੋਫਾਈਲ ਹੈ ਜਿਹਦੇ ਵਿੱਚ ਲਿਸਨਿੰਗ ਰੀਡਿੰਗ ਰਾਈਟਿੰਗ ਸਪੀਕਿੰਗ ਜੋ ਵੀ ਸਾਡਾ ਬੈਂਡ ਸਕੋਰ ਹੁੰਦਾ ਹੈ ਅਸੀਂ ਉਹਨੂੰ ਫਿਲ ਕਰ ਦਿੰਨੇ ਇਸ ਵੈਬਸਾਈਟ ਤੇ ਆ ਕੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਕਿਸੇ ਏਜੰਟ ਕੋਲੇ ਜਾਣ ਦੀ ਲੋੜ ਨਹੀਂ ਤੁਸੀ ਘਰ ਬੈਠੇ ਕੋਈ ਵੀ ਸਟੂਡੈਂਟ ਡਾਇਰੈਕਟਲੀ ਅਪਲਾਈ ਕਰ ਸਕਦਾ ਇੱਥੋਂ ਤੱਕ ਕਿ ਏਜੰਟਸ ਦੇ ਵਾਂਗੂ ਤੁਸੀਂ ਲੋਕਾਂ ਦਾ ਵੀ ਅਪਲਾਈ ਕਰ ਸਕਦੇ ਹੋ ਔਰ ਇੱਕ ਤਰੀਕੇ ਦਾ ਤੁਸੀਂ ਬਿਜ਼ਨਸ ਵੀ ਸਟਾਰਟ ਕਰ ਸਕਦੇ ਹੋ ਦੇਖੋ ਅਸੀਂ ਐਜ਼ ਅ ਦੇਖੋ ਅਸੀਂ ਐਜ਼ ਅ ਐਗਜ਼ਾਮਪਲ ਇੱਕ ਇਨਫੋਰਮੇਸ਼ਨ ਉਥੇ afee.ke thi ਹੈ ਔਰ ਉਹਦੇ ਨਾਲ ਜਿਵੇਂ ਅਸੀਂ ਇਨਫੋਰਮੇਸ਼ਨ ਇਸ ਵੈਬਸਾਈਟ ਦੇ ਉੱਪਰ ਪਾਰੇ ਕਿ ਮੇਰੀ ਇਹ ਮੇਰਾ ਹਾਈਲੈਟ ਸਕੋਰ ਹੈ ਇਹ ਮੇਰੀ ਐਜੂਕੇਸ਼ਨ ਹੈ ਤਾਂ ਸਾਨੂੰ ਅਪਲਾਈ ਬੋਰਡ ਵੈਬਸਾਈਟ ਤੇ ਉੱਪਰ ਬਹੁਤ ਸਾਰੇ ਕਾਲਜ ਯੂਨੀਵਰਸਿਟੀਆਂ ਜਿਹਦੇ ਲਈ ਅਸੀਂ ਅਲੀਜੀਬਲ ਹੈ ਉਹਦੀ ਲਿਸਟ ਖੁੱਲਨੀ ਸਟਾਰਟ ਹੋ ਗਈ ਕਾਲਜ ਯੂਨੀਵਰਸਿਟੀਆਂ ਤੇ ਨਾਲ ਪ੍ਰੋਪਰ ਫੀਸ ਵੀ ਦੱਸੀ ਗਈ ਹੈ ਕਿ ਇਨੀ ਫੀਸ ਹੈ ਇਸ ਕੋਰਸ ਦੇ ਵਿੱਚ ਤੁਸੀਂ ਐਡਮਿਸ਼ਨ ਲੈ ਸਕਦੇ ਹੋ ਇਸ ਕੋਰਸ ਤੇ ਲਈ ਤੁਸੀਂ ਐਲੀਜੀਬਲ ਹੋ ਅਗਰ ਤੁਸੀਂ ਆਫਰ ਲੈਟਰ ਡਾਇਰੈਕਟਲੀ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਡੀ ਐਪਲੀਕੇਸ਼ਨ ਦੀ ਫੀਸ ਇੰਨੀ ਹੈ ਹਰ ਚੀਜ਼ ਤੁਹਾਨੂੰ ਫੇਅਰਲੀ ਇੱਥੇ ਦੱਸੀ ਜਾਂਦੀ ਹੈ ਲੇਕਿਨ ਤੁਸੀਂ ਅਗਰ ਕਿਤੇ ਅਪਲਾਈ ਕਰਨਾ ਚਾਹੁੰਦੇ ਹੋ ਅਪਲਾਈ ਬਟਨ ਅਪ ਦੇਓ ਇਸ ਤਰ੍ਹਾਂ ਤੁਸੀਂ ਲੌਗਇਨ ਇੱਥੇ ਈਮੇਲ ਪਾਸਵਰਡ ਕੋਈ ਵੀ ਜੋ ਵੀ ਤੁਹਾਡਾ ਈਮੇਲ ਪਾਸਵਰਡ ਹੈ ਉਹ ਤੁਸੀਂ ਫਿਲ ਕਰ ਸਕਦੇ ਹੋ ਔਰ ਡਾਇਰੈਕਟਲੀ ਅਪਲਾਈ ਕਰ ਸਕਦੇ ਹੋ ਅਗਰ ਬਹੁਤ ਸਾਰੇ ਸਟੂਡੈਂਟ ਹੈ ਕਾਲਜ ਤੇ ਜਾ ਕੇ ਅਪਲਾਈ ਬੋਰਡ ਤੇ ਨਾ ਜਾ ਕੇ ਡਾਇਰੈਕਟਲੀ ਕਾਲਜ ਤੇ ਕਿਸੇ ਵੀ ਕਾਲਜ ਤੇ ਜਿੱਥੇ ਵੀ ਤੁਹਾਨੂੰ ਪਤਾ ਹੈ ਕਿ ਮੈਂ ਇਸ ਸਟੇਟ ਦੇ ਵਿੱਚ ਇਸ ਕਾਲਜ ਦੇ ਵਿੱਚ ਜਾਣਾ ਚਾਹੁੰਦਾ ਹਾਂ ਡਾਇਰੈਕਟਲੀ ਕਾਲਜ ਦੀ ਵੈਬਸਾਈਟ ਤੇ ਜਾਓ ਹਾਊ ਟੂ ਅਪਲਾਈ ਦੇ ਵਿੱਚ ਕਿਸੇ ਵੀ ਕਾਲਜ ਦੀ ਪੂਰੀ ਇਨਫੋਰਮੇਸ਼ਨ ਹੁੰਦੀ ਹੈ ਤੁਸੀਂ ਡਾਇਰੈਕਟਲੀ ਅਪਲਾਈ ਕਰ ਸਕਦੇ ਹੋ ਆਸ ਹੈ ਕਿ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਵੇਗੀ ਅਤੇ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਬਹੁਤ ਵਧੀਆ ਜਾਣਕਾਰੀ ਵੀ ਮਿਲੀ ਹੋਵੇਗੀ ਅਗਲੀ ਵੀਡੀਓ ਦੇ ਵਿੱਚ ਸਟੂਡੈਂਟ ਵੀਜ਼ਾ ਕਰ ਬੈਠੇ ਤੁਸੀਂ ਕਿਵੇਂ ਅਪਲਾਈ ਕਰ ਸਕਦੇ ਹੋ ਇਹਦੀ ਪੂਰੀ ਜਾਣਕਾਰੀ ਲੈ ਕੇ ਫਿਰ ਹੋਵਾਂਗੇ ਹਾਜ਼ਰ ਅਗਰ ਤੁਹਾਨੂੰ ਵੀਡੀਓ ਚੰਗੀ ਲਗੀ ਤਾਂ ਸਬਸਕ੍ਰਾਈਬ ਕਰੋ ਇਮੀਜ਼ਨ ਕੈਨੇਡਾ ਚੈਨਲ